ਲਓ ਬਾਈ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਤੁਹਾਡਾ ਗੋਲਡੀ ਅਤੇ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਯੂਟਿਊਬ ਚੈਨਲ ਦੇਸੀ ਮਕੈਨਿਕ 272। ਅਤੇ ਅੱਜ ਆਪਾਂ ਲੱਭਿਆ ਇੱਕ ਖਜ਼ਾਨਾ, ਖਜ਼ਾਨਾ ਲੱਭਿਆ ਆਪਾਂ ਫਰੀਦਕੋਟ ਸ਼ਹਿਰ 'ਚ, ਬਾਬਾ ਫਰੀਦ ਜੀ ਦੀ ਨਗਰੀ 'ਚ। ਅਤੇ ਦੱਸਾਂਗੇ ਤੁਹਾਨੂੰ ਖਜ਼ਾਨੇ ਬਾਰੇ। ਜਿੱਦਾਂ ਕਿ ਤੁਹਾਨੂੰ ਪਤਾ ਹੀ, ਨਾੜਗਰ ਟਰੈਕਟਰ ਬਹੁਤ ਜ਼ਿਆਦਾ ਤਿਆਰ ਹੋ ਰਹੇ ਨੇ, ਅਤੇ ਤੁਸੀਂ ਉਹਨਾਂ ਦਾ ਆਲ ਸਮਾਨ ਕੋਈ ਵੀ ਤਰ੍ਹਾਂ ਦਾ ਨਵਾਂ ਪੁਰਾਣਾ ਓਨਲੀ ਨਾੜਗਰੇ ਦਾ ਵੀ ਤੁਸੀਂ ਲੈ ਸਕਦੇ ਹੋ। ਅਤੇ ਭਾਅ ਜੀ ਉਹਨਾਂ ਨਾਲ ਤੁਹਾਡੀ ਗੱਲ ਕਰਾਵਾਂਗੇ। ਸਤਿ ਸ਼੍ਰੀ ਅਕਾਲ ਭਾਅ ਜੀ। ਅਤੇ ਕੀ ਮਿਲ ਜਾਂਦਾ ਭਾਅ ਜੀ ਆਪਣੇ ਕੋਲੇ? ਨਾੜਗਰਾ ਬੈਂਡ ਭਾਈ ਦਾ ਸਾਰਾ ਸਮਾਨ ਹੀ ਮਿਲ ਜਾਂਦਾ। ਅੱਛਾ, ਨਾੜਗਰਾ ਬੈਂਡ ਭਾਈ ਦਾ? ਹਾਂਜੀ ਹਾਂਜੀ। ਕੁਛ ਵੀ ਨਟ ਬੋਲਟ ਤੱਕ ਵੀ? ਤਕਰੀਬਨ ਸਾਰਾ ਮਿਲ ਹੀ ਜਾਂਦਾ ਜੀ। ਠੀਕ ਹੈ ਜੀ। ਅੱਛਾ, ਤੇ ਭਾਅ ਜੀ ਕੋਲ ਬਹੁਤ ਸਮਾਨ ਪਿਆ, ਜਿੰਨਾ ਵੀ ਤੁਸੀਂ ਇੱਥੋਂ ਕੁਛ ਵੀ ਲੈ ਸਕਦੇ ਹੋ, ਯਾਨੀ ਕਿ ਕੁਛ ਵੀ ਜੋ ਪੰਜਾਬ 'ਚ ਕਿਤੇ ਨਹੀਂ ਮਿਲਦਾ ਤੁਹਾਨੂੰ ਇੱਥੇ ਮਿਲ ਜਾਏਗਾ ਭਾਅ ਜੀ ਇਹਨਾਂ ਕੋਲੇ। ਜੇ ਤੁਸੀਂ ਨਵੀਂ ਹਾਂਡੀ ਵਗੈਰਾ ਜੋ ਮਰਜ਼ੀ ਇਹਨਾਂ ਕੋਲੋਂ ਭਾਅ ਜੀ, ਇਹਨਾਂ ਕੋਲ ਨਵਾਂ ਸਮਾਨ ਵੀ ਆ ਸਾਰਾ ਪਿਆ, HMT ਦਾ ਸਾਰਾ ਸਮਾਨ ਇਹ ਓਰੀਜਨਲ। ਇਹ ਵੀ ਭਾਅ ਜੀ ਇਹਨਾਂ ਕੋਲ ਬਹੁਤ ਪਿਆ, ਐਕਸਲ ਵਗੈਰਾ ਹੋ ਗਏ, ਲਿੰਕਾਂ ਹੋ ਗਈਆਂ ਜਿੱਦਾਂ, ਠੀਕ ਹੈ ਭਾਅ ਜੀ ਉਹਨਾਂ ਕੋਲ ਪੁਰਾਣਾ ਸਮਾਨ ਅਤੇ ਨਵਾਂ ਸਮਾਨ ਹਰੇਕ ਤਰ੍ਹਾਂ ਦਾ, ਜਿੰਨਾ ਵੀ ਤੁਹਾਨੂੰ ਚਾਹੀਦਾ ਤੁਸੀਂ ਇੱਥੋਂ ਲੈ ਸਕਦੇ ਹੋ ਭਾਅ ਜੀ ਉਹਨਾਂ ਕੋਲ। ਅਤੇ ਜੇ ਕਿਸੇ ਨੂੰ ਕਰਾਉਣ ਵਗੈਰਾ ਚਾਹੀਦੇ ਨੇ, ਜਿੱਦਾਂ ਇਹ ਬਿਲਕੁਲ ਸੀਲਡ ਹੈ ਕਰਾਉਣ, ਜਿੱਦਾਂ ਇੱਦਾਂ ਇਹ ਲੈ ਸਕਦੇ ਤੁਸੀਂ ਨਵੇਂ। ਭਾਅ ਜੀ ਉਹਨਾਂ ਕੋਲ ਬਹੁਤ ਸਮਾਨ ਪਿਆ, ਜਿੱਦਾਂ ਨਵੇਂ ਗੇਅਰ ਬਕਸੇ ਵੀ ਪਏ ਨੇ ਭਾਅ ਜੀ ਉਹਨਾਂ ਕੋਲ, ਸਾਰਾ ਓਰੀਜਨਲ ਸਮਾਨ, ਲਿੰਕਾਂ ਓਰੀਜਨਲ ਬਿਲਕੁਲ, ਟੈਂਕੀਆਂ ਪਈਆਂ ਭਾਅ ਜੀ ਓਰੀਜਨਲ, ਸਲੈਂਸਰ ਪਏ ਨੇ ਓਰੀਜਨਲ, ਅਤੇ ਹੋਰ ਸੀਟਾਂ ਬਹੁਤ ਪਈਆਂ ਨੇ ਭਾਅ ਜੀ ਇਹਨਾਂ ਕੋਲ, ਸ਼ੂਆਂ ਵੀ ਮਿਲ ਜਾਂਦੇ ਨੇ ਭਾਅ ਜੀ ਇਹਨਾਂ ਕੋਲ ਨਵੀਆਂ ਜਿਹੇ ਲੈਣੀਆਂ ਨੇ, ਨਾੜ ਗਿਆਰਾਂ ਦੀਆਂ। ਬੈਟਰੀ ਬੋਕਸ ਓਰੀਜਨਲ ਨਾਲ ਦੇ, ਰਿਮ ਰੁਮ ਬਹੁਤ ਕੁਛ ਸਮਾਨ ਪਿਆ ਭਾਅ ਜੀ ਇਹਨਾਂ ਕੋਲ, ਵੀ ਜੇ ਕਿਸੇ ਨੇ ਲੈਣਾ ਤਾਂ ਲੈ ਸਕਦਾ। ਇਹਨਾਂ ਕੋਲ ਹਰੇਕ ਤਰ੍ਹਾਂ ਦਾ ਸਮਾਨ ਮਿਲ ਜਾਂਦਾ। ਜੇ ਕਿਸੇ ਮੇਰੇ ਵੀਰ ਨੂੰ ਚਾਹੀਦਾ ਹੋਵੇ ਤਾਂ ਤੁਹਾਨੂੰ ਐਡਰੈਸ ਇਹਨਾਂ ਦਾ, ਭਾਅ ਜੀ ਉਹਨਾਂ ਦਾ ਨੰਬਰ ਵੀ ਆਪਾਂ ਦੱਸਾਂਗੇ ਕਿੰਨਾ, ਅਤੇ ਐਡਰੈਸ ਵੀ ਦੱਸਾਂਗੇ ਭਾਅ ਜੀ ਇਹਨਾਂ ਦਾ ਕੀ। ਇਹ ਪੈਂਦਾ ਸ਼ਹਿਰ ਫਰੀਦਕੋਟ 'ਚ, ਘੈਂਟ ਘਾਮੇ ਭਾਅ ਜੀ ਤੁਹਾਨੂੰ। ਬਾਕੀ ਜੇ ਕਿਸੇ ਹੋਰ ਟਰੈਕਟਰ ਦਾ ਵੀ ਲੈ ਕੇ ਜਾਣਾ ਉਹ ਵੀ ਮਿਲ ਜਾਂਦਾ ਭਾਅ ਜੀ ਇਹਨਾਂ ਕੋਲ, ਜਿੱਦਾਂ ਇਹ ਸਮਾਨ ਪਿਆ ਨਵੇਂ ਘੱਟ, ਮਤਲਬ ਕਿ ਪੁਰਾਣੇ ਟਰੈਕਟਰਾਂ ਦਾ ਜ਼ਿਆਦਾ ਸਮਾਨ ਰੱਖਦੇ ਨੇ ਭਾਅ ਜੀ ਜਿਹੜੀ। ਭਾਅ ਜੀ ਐਡਰੈਸ ਕੀ ਪੈਂਦਾ ਇਹ? ਨੀਅਰ ਕਲੋਕ ਟਾਵਰ, ਨੀਅਰ। ਅੱਛਾ, ਘੰਟਾ ਘਰ ਕੋਲ ਸ਼ੋਪ ਆਪਣੀ? ਠੀਕ ਹੈ ਭਾਅ ਜੀ। ਅਤੇ ਜੇ ਕਿਸੇ ਨੇ ਆਉਣਾ ਹੋਵੇ ਵੀ ਆਪਣਾ ਫੋਨ 'ਤੇ ਵੀ ਕੋਈ ਪੁੱਛ ਸਕਦਾ ਜੇ ਕੋਈ ਸਮਾਨ ਕਿਸੇ ਨੇ ਪੁੱਛਣਾ ਹੋਵੇ? ਹਾਂਜੀ ਹਾਂਜੀ, ਠੀਕ ਹੈ ਜੀ। ਜਿੱਦਾਂ ਇਹ ਆਪਾਂ ਕਢਵਾਈਆਂ ਨੇ ਲਿੰਕਾਂ, ਇਹ ਓਰੀਜਨਲ ਨੇ ਬਿਲਕੁਲ, ਤੁਸੀਂ ਦੇਖੋਗੇ ਵੀ ਗੋਲੀਆਂ ਦਾ ਜਿੱਦਾਂ ਉੱਦਾਂ ਹੀ ਸੇਮ ਸਾਰਾ ਉਹੀ ਪਈਆਂ ਨੇ, ਵੀ ਬਿਲਕੁਲ ਘੱਟ ਚੱਲੀਆਂ ਹੋਈਆਂ ਨੇ, ਜਿੱਦਾਂ ਗੋਲੀਆਂ ਦੇ ਕਿਨਾਰੀਆਂ ਖਤਮ ਹੋ ਜਾਂਦੀਆਂ ਨੇ, ਉਹ ਚੀਜ਼ ਨਹੀਂ ਹੈਗੀ ਬਿਲਕੁਲ ਵੀ, ਓਰੀਜਨਲ ਜਿਵੇਂ ਹੈ ਵੀ ਉੱਦਾਂ ਹੀ ਨੇ, ਕਿਸੇ ਤਰ੍ਹਾਂ ਦਾ ਕੋਈ ਉਹ ਨਹੀਂ, ਓਰੀਜਨਲ ਹੀ ਸਮਾਨ ਹੁੰਦਾ ਸਾਰਾ ਇਹਨਾਂ ਭਾਅ ਜੀ ਹੋਰਾਂ ਕੋਲ। ਅਤੇ ਇੰਜਣ ਪੈਣੇ ਭਾਅ ਜੀ ਹੋਰਾਂ ਕੋਲ ਬਹੁਤ, 62 ਦੇ ਨਾਟ 11 ਦੇ ਸੀਲਡ ਇੰਜਣ ਵਾਂਗੂ। ਇਹ ਭਾਅ ਜੀ ਹੋਰਾਂ ਦੀ ਸ਼ੋਪ ਹੈ, ਇਹ ਨੰਬਰ ਨੇ ਭਾਅ ਜੀ ਹੋਰਾਂ ਦੇ ਇੱਥੇ ਮੋਬਾਈਲ ਨੰਬਰ, ਇੱਥੇ ਤੁਸੀਂ ਕਾਲ ਕਰ ਸਕਦੇ ਹੋ। ਅਤੇ ਭਾਅ ਜੀ ਹੋਰਾਂ ਕੋਲ ਇਹ ਗਲੀਆਂ ਨੇ ਭਾਅ ਜੀ ਦੀਆਂ, ਇੱਧਰ ਇਹ ਪਿੱਛੇ ਪਾਰਕ ਹੈ, ਇੱਧਰ ਪਾਰਕ ਹੈ, ਅਤੇ ਨਾਲ ਇੱਥੇ ਭਾਅ ਜੀ ਉਹਨਾਂ ਕੋਲ ਖੁੱਲ੍ਹਿਆ ਹੁੰਦਾ, ਜਿੱਦਾਂ ਤੁਸੀਂ ਅਗਲੇ ਹਿੱਸੇ ਲੈਣੇ ਨੇ ਪਾਵਰ ਕਰਨ ਵਾਸਤੇ ਜਾਂ ਕੁਛ ਕਰਨ ਵਾਸਤੇ, ਚੇਂਜ ਕਰਨ ਵਾਸਤੇ ਕਿਸੇ ਨੇ ਹਿੱਸੇ 62 ਦਾ ਜਾਂ 11 ਦਾ ਲੈਣਾ, ਉਹ ਵੀ ਇੱਥੇ ਵਧੀਆ ਕੰਡੀਸ਼ਨ ਦੇ ਪਏ ਨੇ। ਅਤੇ ਸਵਰਾਜ ਵੀ ਆ ਭਾਅ ਜੀ ਉਹਨਾਂ ਕੋਲ ਖੁੱਲ੍ਹੇ ਪਏ ਨੇ, ਜ਼ਿਆਦਾਤਰ ਤਾਂ 11 ਦਾ ਇਹਨਾਂ ਕੋਲ ਭਾਅ ਜੀ ਹੋਰਾਂ ਕੋਲ ਕੰਮ ਹੈ। ਆਹ ਦੇਖੋ ਜਿੱਦਾਂ ਬਿਲਕੁਲ ਨਵਾਂ ਹੀ ਪਿਆ,
ਚੱਲੇ ਹੀ ਨਹੀਂ ਹੈਗਾ ਟਰੈਕਟਰ। ਇਹ ਵੀ HMT ਏ, ਇੰਜਨ ਹੋ ਗਏ 69-11 ਦੇ, 65-22 ਦੇ ਇੰਜਨ ਆ ਭਾਜੀ ਹੋਰੀ ਜ਼ਿਆਦਾਤਰ HMT ਦਾ ਹੀ ਕੰਮ ਕਰਦੇ ਨੇ। ਇਹ ਵੀ HMT ਏ ਅਤੇ ਇੰਜਨ ਭਾਜੀ ਹੋਰਾਂ ਕੋਲ ਬਹੁਤ ਪਏ ਨੇ, ਜੇ ਕਿਸੇ ਵੀਰ ਨੂੰ ਚਾਹੀਦਾ ਹੋਵੇ ਤਾਂ ਲੈ ਸਕਦਾ। 65-22 ਦਾ, 69-11 ਦਾ ਹੈੱਡ ਚਾਹੀਦਾ ਹੋਵੇ, ਪਿਸਟਮ ਕੁਛ ਵੀ ਚਾਹੀਦਾ ਹੋਵੇ, ਵੇਟ ਬਹੁਤ ਪਏ ਨੇ ਭਾਜੀ ਹੋਰਾਂ ਕੋਲ। ਜੇ ਵੇਟ ਚਾਹੀਦੇ ਨੇ ਅਗਲੇ ਵੇਟ ਮਿਲ ਜਾਣਗੇ ਫਰੰਟ ਵਾਲੇ, ਜੇ ਕਿਸੇ ਵੀਰ ਨੂੰ ਚਾਹੀਦੇ ਹੋਣ ਵੀ ਆਲ ਤਰ੍ਹਾਂ ਦੀ ਸਾਰੀ ਅਸੈਸਰੀ ਮਿਲ ਜਾਏਗੀ। ਅਤੇ ਚੈਨਲ ਮਾਰ ਲਿਓ ਸਬਸਕ੍ਰਾਈਬ, ਆਪਾਂ ਨਵੀਆਂ ਨਵੀਆਂ ਵੀਡੀਓ ਹੋਰ ਵੀ ਪਾਉਂਦੇ ਰਹਾਂਗੇ। ਇਹ ਗਲੀਆਂ ਨੇ, ਇਹ ਜੇ ਕਿਸੇ ਵੀਰ ਨੇ ਆਉਣਾ ਤਾਂ ਨਿਸ਼ਾਨੀ ਦੇਖ ਲਿਓ। ਆ ਸਾਹਮਣੇ ਇਹਨਾਂ ਦੇ ਬੂਟ ਹਾਊਸ ਆ ਭਾਜੀ ਇਹਨਾਂ ਦੇ। ਅਤੇ ਤਦ ਤੱਕ ਲਈ ਬਾਏ, ਟਾਟਾ, ਨਵੀਂ ਵੀਡੀਓ ਨਾਲ ਮਿਲਾਂਗੇ ਫਿਰ ਦੁਬਾਰਾ। ਸਤਿ ਸ਼੍ਰੀ ਅਕਾਲ ਜੀ।